ਹਰੀ ਸਿੰਘ ਨਲਵੇ ਦਾ ਜਨਮ 1791 ਈਸਵੀ ਨੂੰ ਪਿਤਾ ਗੁਰਦਿਆਲ ਸਿੰਘ ਮਾਤਾ ਧਰਮ ਕੌਰ ਦੀ ਕੁੱਖੋਂ ਹੋਇਆ। ਉਹ ਗੁਜਰਾਂਵਾਲ ਪਾਕਿਸਤਾਨ ਦੇ ਰਹਿਣ ਵਾਲੇ ਸੀ। ਜਦੋਂ ਆਪ 7 ਸਾਲ ਦੇ ਹੋਏ ਸੀ ਤਾਂ ਆਪ ਜੀ ਦੇ ਪਿਤਾ ਜੀ ਸ਼ਹੀਦ ਹੋ ਗਏ ਸੀ। ਬਸੰਤ ਪੰਚਮੀ ਦੇ ਮੌਕੇ 14 ਸਾਲ ਦੀ ਉਮਰ ਵਿੱਚ ਆਪ ਨੇ ਸ਼ਸਤਰਾਂ ਦੇ ਜੌਹਰ ਵਿਖਾਏ, ਜਿਸ ਨੂੰ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਗਲੇ ਵਿੱਚੋਂ ਸੋਨੇ ਦਾ ਕੰਠਾ ਆਪ ਜੀ ਦੇ ਗਲ ਵਿੱਚ ਪਾਇਆ ਅਤੇ ਇਸ ਨੂੰ ਦੇਖ ਕੇ ਆਪਣਾ ਨਿੱਜੀ ਅੰਗ ਰੱਖਿਅਕ ਰੱਖ ਲਿਆ। 17 ਸਾਲ ਦੀ ਉਮਰ ਵਿੱਚ ਹਰੀ ਸਿੰਘ ਨਲਵੇ ਨੇ ਸ਼ੇਰ ਦਾ ਸ਼ਿਕਾਰ ਕਰਨ ਸਮੇਂ ਸ਼ੇਰ ਦਾ ਜਵਾੜਾ ਆਪਣੇ ਦੋਨਾਂ ਹੱਥਾਂ ਨਾਲ ਪਾੜ ਦਿੱਤਾ, ਜਿੱਥੋਂ ਕਿ ਹਰੀ ਸਿੰਘ ਨਲਵੇ ਉਹਨਾਂ ਦਾ ਨਾਮ ਹਰੀ ਸਿੰਘ ਨਲਵਾ ਪੈ ਗਿਆ। 825 ਸਾਲ ਬਾਅਦ ਪੇਸ਼ਾਵਰ 'ਤੇ ਕਬਜ਼ਾ ਕੀਤਾ। ਆਪ ਜੀ ਨੇ ਕਸ਼ਮੀਰ ਦਾ ਗਵਰਨਰ ਬਣ ਕੇ ਆਪਣੇ ਨਾਮ ਦਾ ਸਿੱਕਾ ਜਾਰੀ ਕੀਤਾ। ਅਟਕ, ਕਸੂਰ, ਮੁਲਤਾਨ, ਮਿਚਨੀ ਦੇ ਇਲਾਕੇ ਫਤਿਹ ਕੀਤੇ। ਮਿਚਲੀ ਦੇ 5 ਪਠਾਣ 40 ਬਰਾਤੀਆਂ ਤੋਂ ਬੀਬੀ ਸਰਨੀ ਦਾ ਡੋਲਾ ਲੁੱਟ ਕੇ ਲੈ ਗਈ, ਜਿੱਥੇ ਕਦੇ ਲੁੱਟਿਆ ਡੋਲਾ ਵਾਪਸ ਨਹੀਂ ਆਇਆ ਸੀ। ਪੰਡਿਤ ਨੇ ਬੇਨਤੀ ਕਰਨ 'ਤੇ ਆਪ ਨੇ ਮੁਗਲਾਂ ਤੋਂ ਛੁਡਾ ਕੇ ਲਿਆਂਦਾ। ਪਰਿਵਾਰ ਨੇ ਇਹ ਕਹਿ ਕੇ ਨਾਲ ਲਿਜਾਣ ਤੋਂ ਮਨ੍ਹਾ ਕਰ ਦਿੱਤਾ ਕਿ ਇਹ ਇੱਕ ਰਾਤ ਮੁਗਲਾਂ ਦੇ ਪਾਸ ਰਹਿ ਕੇ ਆਈ ਹੈ। ਤਾਂ ਬੀਬੀ ਸ਼ਰਨੀ ਨੇ ਖੁਦ ਹੀ ਮਨ੍ਹਾ ਕਰ ਦਿੱਤਾ ਕਿ ਜੋ ਮੇਰੀ ਇੱਜ਼ਤ ਦੀ ਰਾਖੀ ਨਹੀਂ ਕਰ ਸਕਦੇ, ਮੈਂ ਉਸ ਨਾਲ ਨਹੀਂ ਜਾਣਾ ਹੈ। ਅਤੇ ਉਹਨਾਂ ਨਾਲ ਜਾ ਕੇ ਕਰਨਾ ਬੀਬੀ ਸ਼ਰਨੀ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰਸ਼ਰਨ ਕੌਰ ਬਣ ਗਈ। ਹਰੀ ਸਿੰਘ ਨਲਵੇ ਨੇ ਆਪ ਜੀ ਨੂੰ ਆਪਣੀ ਧਰਮ ਦੀ ਭੈਣ ਬਣਾ ਕੇ ਰੱਖਿਆ। ਪੰਜਾਬ ਦਾ ਦਰਵਾਜ਼ਾ ਮੰਨਿਆ ਜਾਂਦਾ ਸੀ ਜਮਰੋਦ ਦਾ ਕਿਲ੍ਹਾ, ਜਿਸ ਰਸਤੇ ਤੋਂ ਅਫਗਾਨ ਹਿੰਦੁਸਤਾਨ ਨੂੰ ਲੁੱਟ ਕੇ ਲੈ ਜਾਂਦੇ ਸਨ, ਜਿਸ ਨੂੰ ਹਲੇ ਤੱਕ ਕੋਈ ਨਿੱਜ ਜਿੱਤ ਨਹੀਂ ਸੀ ਸਕਿਆ, ਉਸ ਕਿਲ੍ਹੇ ਨੇ ਆਪ ਜੀ ਨੇ ਫਤਿਹ ਪਾਈ। ਆਪ ਜੀ ਦਾ ਉੱਚਾ ਸੁੱਚਾ ਜੀਵਨ ਦਰਾਏ ਖੈਂਬਰ ਵਿਖੇ ਪਠਾਨਾਂ ਦੀ 19 ਸਾਲ ਦੀ ਲੜਕੀ ਆਪ ਜੀ ਦੀ ਬਹਾਦਰੀ ਦੇ ਕਿੱਸੇ ਸੁਣ ਕੇ ਆਪ ਜੀ ਦੇ ਪਾਸ ਆ ਕੇ ਕਹਿਣ ਲੱਗੀ ਕਿ ਮੈਂ ਪ੍ਰਣ ਕੀਤਾ ਹੈ ਕਿ ਮੇਰਾ ਕਿਸੇ ਬਹਾਦਰ ਸੂਰਮੇ ਨਾਲ ਨਿਕਾਹ ਹੋਵੇਗਾ। ਪੂਰੇ ਦਰਾ ਖੈਬਰ ਵਿੱਚ ਆਪ ਜੀ ਤੋਂ ਵੱਡਾ ਕੋਈ ਸੂਰਮਾ ਨਹੀਂ। ਮੈਂ ਚਾਹੁੰਦੀ ਹਾਂ ਕਿ ਮੇਰੀ ਕੁੱਖ ਤੋਂ ਕੋਈ ਵੱਡੇ ਤੁਹਾਡੇ ਵਰਗਾ ਸੂਰਮਾ ਜਨਮ ਲਵੇ। ਆਪ ਜੀ ਨੇ ਬਾਨੋ ਨੂੰ ਆਪਣੇ ਤੰਬੂ ਵਿੱਚੋਂ ਬਾਹਰ ਕਢਵਾ ਦਿੱਤਾ ਅਤੇ ਬਾਨੋ ਨੇ ਫਿਰ ਵਾਪਸ ਆ ਕੇ ਹਰੀ ਸਿੰਘ ਨਲਵੇ ਨੂੰ ਕਿਹਾ, ਮੈਂ ਤਾਂ ਇਹ ਵੀ ਸੁਣਿਆ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਇਸ ਗੱਲ ਨੂੰ ਸੁਣ ਕੇ ਹਰੀ ਸਿੰਘ ਨਲਵੇ ਨੇ ਆਪਣੇ ਕੋਲ ਪਈ ਇੱਕ ਚਾਦਰ ਨੂੰ ਬਾਨੋ ਦੇ ਸਿਰ ਦੇ ਉੱਤੇ ਰੱਖ ਕੇ ਕਿਹਾ ਕਿ ਤੂੰ ਚਾਹੁੰਦੀ ਸੀ ਕਿ ਤੇਰੇ ਘਰ ਹਰੀ ਸਿੰਘ ਨਲਵੇ ਵਰਗਾ ਪੁੱਤਰ ਜਨਮ ਲਵੇ, ਅੱਜ ਤੋਂ ਤੂੰ ਮੇਰੀ ਧਰਮ ਦੀ ਮਾਤਾ ਅਤੇ ਮੈਂ ਤੇਰਾ ਧਰਮ ਦਾ ਪੁੱਤਰ ਹਾਂ। 42 ਸਾਲ ਦੀ ਉਮਰ ਵਿੱਚ 19 ਸਾਲ ਦੀ ਬੀਬੀ ਨੂੰ ਆਪਣੀ ਮਾਤਾ ਬਣਾ ਜੀਵਨ ਨੂੰ ਦਾਗ ਨਹੀਂ ਲੱਗਣ ਦਿੱਤਾ। 1837 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਿਆਹ 'ਤੇ ਮਹਾਰਾਜਾ ਵੱਲੋਂ ਆਪ ਨੂੰ ਜਰਨੈਲਾਂ ਨੂੰ ਸੱਦਿਆ ਗਿਆ, ਜਿਸ ਵਿੱਚ ਹਰੀ ਸਿੰਘ ਨਲਵੇ ਨੂੰ ਆਪਣੀਆਂ ਫੌਜਾਂ ਸਮੇਤ ਜਾਣਾ ਪਿਆ। ਆਪ ਵੱਲੋਂ 800 ਪੈਦਲ, 200 ਘੋੜ ਸਵਾਰ, 10 ਵੱਡੀਆਂ ਤੋਪਾਂ, 12 ਛੋਟੀਆਂ ਤੋਪਾਂ, 80 ਤੋਪਚੀ
ਮਹਾਨ ਸਿੰਘ ਜੀ ਦੇ ਕਿਲ੍ਹੇ ਦੀ ਨਿਗਰਾਨੀ ਹੇਠਾਂ ਛੱਡ ਕੇ ਵਿਆਹ 'ਤੇ ਜਾਣਾ ਪਿਆ। ਪਿੱਛੋਂ ਅੰਗਰੇਜ਼ ਸੂਈਏ ਨੇ ਦੋਸਤ ਮੁਹੰਮਦ ਖਾਨ ਨੂੰ ਦੱਸ ਦਿੱਤਾ ਕਿ ਹੁਣ ਮੌਕਾ ਹੈ। ਮੁਹੰਮਦ ਖਾਨ ਆਪਣੇ 5 ਪੁੱਤਰਾਂ ਸਮੇਤ 5,000 ਫੌਜਾਂ ਨੂੰ 28 ਅਪ੍ਰੈਲ 1837 ਈਸਵੀ ਨੂੰ ਹਮਲਾ ਕਰਵਾ ਦਿੱਤਾ ਅਤੇ ਲੜਾਈ ਸ਼ੁਰੂ ਹੋ ਗਈ। ਕਿਲ੍ਹੇ ਅੰਦਰੋਂ ਹੀ ਹਰੀ ਸਿੰਘ ਜੀ ਨੂੰ ਖਬਰ ਪਹੁੰਚਾਉਣ ਦੀ ਜ਼ਿੰਮੇਵਾਰੀ ਸੇਵਾ ਬੀਬੀ ਗੁਰਸ਼ਰਨ ਕੌਰ, ਜੋ ਕਿ ਹਰੀ ਸਿੰਘ ਨਲਵੇ ਜੀ ਦੀ ਧਰਮ ਦੀ ਭੈਣ ਬਣੀ ਸੀ, ਉਹਨਾਂ ਨੇ ਰਾਤ ਨੂੰ ਭੇਸ ਬਦਲ ਕੇ 9 ਕਿਲੋਮੀਟਰ ਦੂਰ ਜਾ ਕੇ ਪੈਦਲ ਸਹੀ ਸਲਾਮਤ ਰਹਿ ਕੇ ਇਹ ਗੱਲ ਹਰੀ ਸਿੰਘ ਨਲਵਾ ਜੀ ਤੱਕ ਪਹੁੰਚਾਈ ਸੀ। ਅਤੇ ਹਰੀ ਸਿੰਘ ਨਲਵਾ ਨੂੰ ਜਦੋਂ ਇਹ ਖਬਰ ਪਤਾ ਲੱਗੀ ਸੀ ਅਤੇ ਉਹਨਾਂ ਵੱਲੋਂ ਤੋਪ ਦਾ ਗੋਲਾ ਦਾਗ ਕੇ ਫੌਜਾਂ ਨੂੰ ਲੈ ਕੇ 30 ਅਪ੍ਰੈਲ ਨੂੰ ਮੈਦਾਨੇ ਜੰਗ ਵਿੱਚ ਪਹੁੰਚੇ ਸੀ। ਮੁਗਲਾਂ ਨੂੰ ਭਾਜੜਾਂ ਵੀ ਪਾ ਦਿੱਤੀਆਂ ਸੀ। ਹਰੀ ਸਿੰਘ ਨਲਵੇ ਬਾਰੇ ਪਤਾ ਲੱਗਣ 'ਤੇ ਮੁਗਲਾਂ ਦੇ ਹੌਸਲੇ ਟੁੱਟ ਗਏ ਸਨ। ਮੁਗਲਾਂ ਦੀਆਂ 14 ਤੋਪਾਂ ਖੋਹ ਲਿਆਏ ਅਤੇ ਅਫਗਾਨ ਦੌੜ ਕੇ ਕਿਤੇ ਛਿਪ ਗਿਆ। ਸਰਦਾਰ ਹਰੀ ਸਿੰਘ ਨਲਵੇ ਨੇ ਸੋਚਿਆ ਕਿ ਹੁਣ ਖਾਲਸਾ ਫੌਜ ਨੂੰ ਕਿਲ੍ਹਾ ਜਮਰੋਦ ਦੇ ਕੈਂਪ ਵਿੱਚ ਲਿਜਾ ਕੇ ਆਰਾਮ ਕਰਵਾਇਆ ਜਾਵੇ। ਪਰ ਜਦੋਂ ਸਰਦਾਰ ਨਿਧਾਨ ਸਿੰਘ ਪੰਜ ਹੱਥਾਂ ਜਿੱਤ ਕੇ ਜੋਸ਼ ਵਿੱਚ ਵੈਰੀਆਂ ਦੇ ਸਿਰ ਹੋਏ ਦਰੇ ਅੰਦਰ ਚਲਾ ਗਿਆ। ਸੋ ਸਰਦਾਰ ਹਰੀ ਸਿੰਘ ਨਲਵੇ ਨਿਧਾਨ ਸਿੰਘ ਨੂੰ ਗੁਫਾ ਦੇ ਅੰਦਰ ਜਾਂਦੇ ਵੇਖਿਆ ਤਾਂ ਝੱਟ ਹੀ ਉਸ ਨੂੰ ਬੁਲਾ ਲਿਆ, ਗੁਫਾ ਵੱਲ ਵਧਿਆ। ਸਰਦਾਰ ਹਰੀ ਸਿੰਘ ਨਲਵੇ ਨੇ ਬਾਡੀਗਾਰਡ ਸਨ ਅਜੈਬ ਸਿੰਘ ਗੁਫਾ ਵੱਲ ਵਧਦਿਆਂ ਵੇਖਿਆ ਅਤੇ ਉਹ ਜਦੋਂ ਉਹ ਜਾਂਦੇ ਪਏ ਸੀ ਅਤੇ ਉਹਨਾਂ ਨੂੰ ਕਿਸੇ ਅਫਗਾਨ ਨੇ ਗੋਲੀ ਮਾਰ ਦਿੱਤੀ। ਅਜੈਬ ਸਿੰਘ ਜੀ ਜੋ ਸੀ ਉਹ ਹਰੀ ਸਿੰਘ ਨਲਵਰ ਜੀ ਦੇ ਬਾਡੀਗਾਰਡ ਸੀ ਅਤੇ ਉਹ ਉੱਥੇ ਹੀ ਸ਼ਹੀਦ ਹੋ ਗਏ। ਇਸ ਸਮੇਂ ਹਰੀ ਸਿੰਘ ਨਲਵੇ ਨੇ ਆਪਣਾ ਘੋੜਾ ਅੱਗੇ ਕੀਤਾ ਤਾਂ ਗੁਫਾ ਵਿੱਚ ਹੋਰ ਗੋਲੀਆਂ ਚੱਲੀਆਂ, ਜਿਸ ਵਿੱਚ 2 ਗੋਲੀਆਂ ਹਰੀ ਸਿੰਘ ਨਲਵੇ ਦੇ ਲੱਗੀਆਂ। ਇੰਨੇ ਨੂੰ ਬਾਕੀ ਸਵਾਰ ਉੱਥੇ ਪਹੁੰਚ ਕੇ ਵੈਰੀਆਂ ਨੂੰ ਚੁਣ ਚੁਣ ਮਾਰਿਆ, ਪਰ ਜਿਹੜਾ ਭਾਣਾ ਵਰਤਣਾ ਸੀ ਉਹ ਵਰਤ ਚੁੱਕਾ ਸੀ। ਸਰਦਾਰ ਹਰੀ ਸਿੰਘ ਨਲਵੇ ਨੇ ਫੱਟੜ ਹੋਣ ਦੇ ਬਾਵਜੂਦ ਵੀ ਬੜੇ ਹੌਸਲੇ ਨਾਲ ਘੋੜੇ ਦੀ ਬਾਗ ਵਿੱਚ ਜਮਰੋਦ ਵੱਲ ਮੋੜ ਲਿਆ ਅਤੇ ਸਿੱਧੇ ਕਿਲ੍ਹੇ ਵਿੱਚ ਪਹੁੰਚੇ ਅਤੇ ਉੱਥੇ ਸਰਦਾਰ ਮਹਾਂ ਸਿੰਘ ਦੇ ਨਿਧਾਨ ਧਿਆਨ ਪੂਰਵ ਨਲਵੇ ਨੂੰ ਘੋੜੇ ਤੋਂ ਉਤਾਰਿਆ। ਹਰੀ ਸਿੰਘ ਨਲਵੇ ਨੇ ਆਪਣੀ ਹਾਲਤ ਨਾਜ਼ੁਕ ਵੇਖੀ, ਉੱਥੇ ਆਪਣੇ ਸਾਰੇ ਪੁਰਾਣੇ ਸਾਥੀਆਂ ਨੂੰ ਇਹਨਾਂ ਕਾਲੇ ਪਰਬਤਾਂ ਵਿੱਚ ਖਲਸ਼ਾਈ ਝੰਡੇ ਦੀ ਇੱਜ਼ਤ ਆਬਰੂ ਕਾਇਮ ਰੱਖਣ ਲਈ ਅਣਖਿਲੇ ਸਵੱਸ ਤੱਕ ਡੱਟ ਕੇ ਪ੍ਰੇਰਿਤ ਕੀਤਾ ਕਿ ਡੱਟ ਕੇ ਇਹਨਾਂ ਨਾਲ ਲੜਿਆ ਜਾਵੇ, ਮੇਰੀ ਮੌਤ ਦੀ ਖਬਰ ਗੁਪਤ ਬਣਾਈ ਜਾਵੇ, ਵੀ ਜੇ ਮੈਂ ਸ਼ਹੀਦ ਹੋ ਵੀ ਗਿਆ ਤਾਂ ਇਹ ਕਿਸੇ ਨੂੰ ਦੱਸਿਆ ਨਾ ਜਾਵੇ। ਇਸ ਨਾਲ ਖਾਲਸੇ ਦੀ ਫੌਜ ਦੀ ਸ਼ਕਤੀ ਬਰਕਰਾਰ ਰਹੇਗੀ। ਅਤੇ ਹੋਰ ਵੀ ਕੁਝ ਕਹਿਣਾ ਚਾਹੁੰਦੇ ਸਨ ਪਰ ਗੱਲ ਪੂਰੀ ਨਾ ਕਰ ਸਕੇ, ਉੱਥੇ ਹੀ ਭੋਰ ਉਡਾਰੀ ਮਾਰ ਗਿਆ ਅਤੇ ਉਹ ਸ਼ਹੀਦ ਹੋ ਗਏ। ਇੰਨਾ ਸਮਾਂ 30 ਅਪ੍ਰੈਲ 1837 ਦੀ ਰਾਤ ਨੂੰ ਸਰਦਾਰ ਹਰੀ ਸਿੰਘ ਨਲਵੇ ਅਤੇ ਮਹਾਂ ਸਿੰਘ ਦੀ ਆਖਰੀ ਇੱਛਾ ਅਨੁਸਾਰ ਭੇਦ ਗੁਪਤ ਰੱਖਣ ਲਈ ਰਾਤੋ ਰਾਤ ਕਿਲ੍ਹੇ ਦੀ ਚੜ੍ਹਾਈ ਨੁੱਕਰ ਵੱਲ ਸਾਦੇ ਢੰਗਾਂ ਨਾਲ ਕਨਾਤਾਂ 'ਤੇ ਅੰਦਰ ਸੰਸਕਾਰ ਕਰ ਦਿੱਤਾ। ਇਹ ਸੀ ਅੱਜ ਦੀ ਹਰੀ ਸਿੰਘ ਨਲਵੇ ਦੇ ਬਾਰੇ ਜਾਣਕਾਰੀ, ਜੋ ਕਿ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ।
ਕਿ ਉਹ ਇੱਕ ਬਹੁਤ ਹੀ ਬਹਾਦਰ ਸੀਗੇ, ਇੱਕ ਸ਼ੇਰ ਜਿੰਨਾ ਦਮ ਰੱਖਦੇ ਸੀ। ਉਹਨਾਂ ਨੇ ਇੱਕ ਸ਼ੇਰ ਦਾ ਜਬਾੜਾ ਪਾੜ ਦਿੱਤਾ ਸੀ। ਵੇਖੋ ਕਿਸੇ ਬੰਦੇ 'ਚ ਇੰਨੀ ਤਾਕਤ ਹੋ ਨਹੀਂ ਸਕਦੀ ਜਿੰਨੀ ਕਿ ਹਰੀ ਸਿੰਘ ਨਲਵੇ ਦੇ ਵਿੱਚ ਸੀ। ਉਹਨਾਂ ਨੇ ਮੁਗਲਾਂ ਨੂੰ ਭਾਜੜਾਂ ਪਾਤੀਆਂ, ਅਫਗਾਨੀਆਂ ਨੂੰ ਭਾਜੜਾਂ ਪਾਤੀਆਂ, ਅਤੇ ਧੀਆਂ ਭੈਣਾਂ ਦੀ ਇੱਜ਼ਤ ਕਰਨੀ ਸਿਖਾਈ। ਪਰ ਅੱਜ ਕੱਲ੍ਹ ਜੋ ਚੱਲ ਰਿਹਾ ਹੈ ਉਹ ਬਿਲਕੁਲ ਇਹਦੇ ਓਪੋਜ਼ਿਟ ਹੀ ਚੱਲ ਰਿਹਾ ਹੈ। ਕਿ ਅੱਜ ਕੱਲ੍ਹ ਕੀ ਅੱਜ ਕੱਲ੍ਹ ਵੀ ਕੋਈ ਇਹੋ ਜਿਹਾ ਸੂਰਮਾ ਹੈ ਜੋ ਧੀਆਂ ਭੈਣਾਂ ਦੀ ਇੱਜ਼ਤ ਕਰ ਸਕੇ? ਨਹੀਂ, ਅੱਜ ਕੱਲ੍ਹ ਕੋਈ ਇੰਨਾ ਨਹੀਂ ਹੈ ਜੋ ਕਿ ਧੀਆਂ ਭੈਣਾਂ ਦੀ ਇੱਜ਼ਤ ਕਰ ਸਕੇ। ਇਸ ਕਰਕੇ ਸਾਨੂੰ ਇਹਨਾਂ ਦੇ ਜੀਵਨ ਤੋਂ, ਇਹਨਾਂ ਦੀ ਜੀਵਨੀ ਤੋਂ ਸਾਨੂੰ ਕੋਈ ਸਿੱਖਿਆ ਲੈਣੀ ਚਾਹੀਦੀ ਹੈ। ਨੌਜਵਾਨ ਪੀੜ੍ਹੀ ਨੂੰ ਇਹਨਾਂ ਦੇ ਜੀਵਨ ਨੂੰ ਪੜ੍ਹਨਾ ਚਾਹੀਦਾ ਹੈ, ਸੁਣਨਾ ਚਾਹੀਦਾ ਹੈ, ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਚਾਹੀਦਾ ਕਿ ਹਰੀ ਸਿੰਘ ਨਲਵੇ ਵਰਗੇ ਬਣੀਏ, ਹਰੇਕ ਧੀ ਭੈਣ ਦੀ ਇੱਜ਼ਤ ਕਰਿਆ ਕਰੀਏ।